ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਲਵਿੰਦਰ ਤੇ ਅੱਜ ਮੈਂ ਤੁਹਾਨੂੰ ਸਿਖਾਉਂਗਾ ਕਿ ਤੁਸੀਂ ਆਪਣੀ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਜਿਹੜੀਆਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਉਹਦੇ ਲਈ ਤੁਹਾਨੂੰ ਕੋਈ ਵੀ ਟੈਬਲੇਟ ਚਾਹੀਦਾ ਹੈ ਜਾਂ ਤੁਹਾਡੇ ਕੋਲ ਮੋਬਾਈਲ ਹੈ ਜਾਂ ਤੁਹਾਡੇ ਕੋਲ ਕੰਪਿਊਟਰ ਹੈ ਉਹਦੇ ਤੇ ਤੁਸੀਂ ਜਾਣਾ ਹੈਗਾ ਕਿਸੇ ਵੀ ਮਤਲਬ ਵੈਬ ਬ੍ਰਾਊਜ਼ਰ ਤੇ ਜਿਵੇਂ ਕਿ ਮੈਂ ਸਫਾਰੀ ਹੈ ਆਪਣੇ ਮੇਰੇ ਕੋਲ ਆਈਪੈਡ ਹੈ ਤੇ ਜੇਕਰ ਤੁਹਾਡੇ ਕੋਲ ਮੋਬਾਈਲ ਹੈ ਜਾਂ ਤੁਹਾਡੇ ਕੋਲ ਇੱਕ ਲੈਪਟਾਪ ਹੈ ਤੁਸੀਂ ਉਹਦੇ ਤੇ ਬ੍ਰਾਊਜ਼ਰ ਤੇ ਜਾਣਾ ਹੈ ਬ੍ਰਾਊਜ਼ਰ ਤੇ ਜਾ ਕੇ ਤੁਸੀਂ ਇੱਥੇ ਲਿਖਣਾ ਹਾਈ ਸਿਕਿਉਰਿਟੀ ਨੰਬਰ ਪਲੇਟ ਪੰਜਾਬ ਠੀਕ ਹੈ ਜੀ ਪਲੇਟ ਪੰਜਾਬ ਤੇ ਤੁਸੀਂ ਜਦੋਂ ਤੁਸੀਂ ਇਹਨੂੰ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਇਹ ਸਾਈਟ ਸਭ ਤੋਂ ਪਹਿਲਾਂ ਆਪਨ ਹੋ ਜਾਏਗੀ ਇਹਨੂੰ ਕਲਿੱਕ ਕਰ ਦੇਣਾ ਜੀ ਪਹਿਲੀ ਸਾਈਟ ਨੂੰ ਹੀ ਕਲਿੱਕ ਕਰਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਦੇਖੋ ਆ ਖੁੱਲ ਕੇ ਆ ਗਿਆ ਫਾਰਮ ਆ ਗਿਆ ਨੀਚੇ ਫਾਰਮ ਹੈ ਤੇ ਅਪਲਾਈ ਅਗਰ ਤੁਹਾਨੂੰ ਨਹੀਂ ਆ ਰਿਹਾ ਤੇ অপਸ਼ਨ ਆਂਦੀ ਹੈ ਕਿ ਅਪਲਾਈ ਕਰਨ ਦੀ ਠੀਕ ਹੈ ਜੀ ਅਪਲਾਈ ਫਾਰਮ ਤੇ ਉਸ ਤੋਂ ਬਾਅਦ ਤੁਸੀਂ ਕੀ ਸਿਲੈਕਟ ਕਰਨਾ ਹੈ ਐਪਲੀਕੇਸ਼ਨ ਟਾਈਪ ਕਰਨੀ ਹੈ ਅਗਰ ਤੁਹਾਡੇ ਕੋਲ ਜਿਹੜੀ ਬਾਈਕ ਤੇ ਜਾਂ ਗੱਡੀ ਤੇ ਹੈ ਜਾਂ ਤੁਹਾਡੇ ਕਿਸੇ ਵੀ ਵਹੀਕਲ ਦੇ ਉੱਪਰ ਪੁਰਾਣੀ ਨੰਬਰ ਪਲੇਟਾਂ ਨੇ ਤਾਂ ਤੁਹਾਨੂੰ ਆਹ ਵਾਲਾ অপਸ਼ਨ ਸਿਲੈਕਟ ਕਰਨਾ ਹੈ ਇਹ ਜਿਹੜੀਆਂ অপਸ਼ਨ ਹੈਗੀਆਂ ਨੇ ਇਹ ਜਿਹੜੀ ਡੈਮੇਜ ਵਾਲੀਆਂ ਨੇ ਅਗਰ ਤੁਹਾਡੀ ਮਤਲਬ ਆਲਰੇਡੀ ਲੱਗੀ ਹੋਈ ਹੈ ਹਾਈ ਸਕਿਉਰਿਟੀ ਨੰਬਰ ਪਲੇਟ ਤਾਂ ਤੁਸੀਂ ਉਹਨੂੰ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਹੈ ਡੈਮੇਜ ਵਾਸਤੇ ਫਰੰਟ ਵਾਸਤੇ ਜਿਹੜੀ ਇਹ ਡੈਮੇਜ ਰੇਅਰ ਹੈ ਮਤਲਬ ਕਿ ਵਿੱਚ ਜਿਹੜੀ ਲੱਗੀ ਉਹਦਾ ਹੋ ਗਿਆ ਦੋਨੋਂ ਬੋਥ ਜਿਹੜੀ ਆਲਰੇਡੀ ਲੱਗੀਆਂ ਉਹਨਾਂ ਵਾਸਤੇ ਆ ਪਰ ਆਪਾਂ ਅਪਲਾਈ ਕਰਨੀ ਨਵੀਂ ਤਾਂ ਉਹਦੇ ਲਈ ਆਪਾਂ ਸਿਲੈਕਟ ਕਰਨਾ ਫੁੱਲ ਐਚ ਆਰ ਇਨਸੈਟ ਠੀਕ ਹੈ ਜੀ ਵਾਹਕਲ ਨੰਬਰ ਦੇ ਵਿੱਚ ਤੁਸੀਂ ਆਪਣਾ ਪਾ ਦੇਣਾ ਜਿਹੜਾ ਮੰਨ ਲਓ ਮੇਰੀ ਮੋਟਰਸਾਈਕਲ ਦਾ ਨੰਬਰ ਜਿਹੜਾ ਹੈਗਾ ਮੈਂ ਉਹ ਪਾ ਦੇਣਾ ਪੀਬੀ ਉਸ ਤੋਂ ਬਾਅਦ ਤੁਸੀਂ ਚਾਸੀ ਨੰਬਰ ਪਾਣਾ ਜੀ ਚਾਸੀ ਨੰਬਰ ਤੁਹਾਨੂੰ ਆਪਣੀ ਆਰ ਸੀ ਦੇ ਉੱਪਰ ਲਿਖਿਆ ਹੋਇਆ ਮਿਲ ਜੇਗਾ ਤੇ ਮੈਂ ਇੱਥੇ ਆਪਣੀ 85 ਨੰਬਰ ਪਾ ਦਿੰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਇੰਜਨ ਦਾ ਨੰਬਰ ਪਾ ਦਨਾ ਇਹ ਵੀ ਤੁਹਾਨੂੰ ਜਿਹੜਾ ਆਰ ਸੀ ਦੇ ਉੱਪਰ ਮਿਲ ਜੇਗਾ ਇੰਜਨ ਨੰਬਰ ਜਿਹੜਾ ਹੈਗਾ ਉਹ ਕੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਓਨਰ ਦਾ ਨੇਮ ਜਿਹੜਾ ਹੈਗਾ ਉਹ ਤੁਹਾਡਾ ਆਰ ਸੀ ਤੇ ਉੱਪਰ ਉੱਪਰ ਜਿਹੜਾ ਹੈਗਾ ਉਹੀ ਤੁਸੀਂ ਭਰ ਦੇਣਾ ਤੇ ਮੈਂ ਭਰ ਦਿੰਦਾ ਤੇ ਆਪਣਾ ਮੋਬਾਈਲ ਨੰਬਰ ਮੈਂ ਇਹਦੇ ਵਿੱਚ ਭਰ ਦੂੰਗਾ ਠੀਕ ਹੈ ਜੀ ਵਹੀਕਲ ਦੀ ਕਲਾਸ ਜਿਹੜੀ ਹੈਗੀ ਹੈ ਉਹ ਕਿਹੜੀ ਹੈ ਨਾਨ ਟ੍ਰਾਂਸਪੋਰਟ ਹੈ ਜਾਂ ਟ੍ਰਾਂਸਪੋਰਟ ਹੈ ਮਤਲਬ ਕਿ ਆਪਾਂ ਜਿਹੜੀ ਘਰੇ ਕਰੇ ਯੂਜ਼ ਕਰਦੇ ਆ ਨਾਰਮਲੀ ਉਹ ਸਾਰੀਆਂ ਜਿਹੜੀਆਂ ਟ੍ਰਾਂਸਪੋਰਟ ਹੁੰਦੀਆਂ ਨੇ ਘਰੇ ਵਾਸਤੇ ਉਹ ਸਾਰੀਆਂ ਨਾਨ ਟ੍ਰਾਂਸਪੋਰਟ ਹੁੰਦੀਆਂ ਨੇ ਜਿਹੜੀ ਟ੍ਰਾਂਸਪੋਰਟ ਹੁੰਦੀ ਹੈ ਉਹ ਕੀ ਹੁੰਦੀ ਹੈ ਕਿ ਜਿਹੜੀਆਂ ਮਤਲਬ ਕਿ ਟਰੈਕਟਰ ਚੱਲਦੇ ਨੇ ਜਾਂ ਜਿਹੜੀ ਕਿ ਮਤਲਬ ਕਿ ਕਮਰਸ਼ੀਅਲ ਪਰਪਸ ਦੇ ਚੱਲਦੀ ਹੈ ਉਹ ਟ੍ਰਾਂਸਪੋਰਟ ਦੇ ਵਿੱਚ ਆਉਂਦੀ ਹੈ ਆਪਾਂ ਨਾਨ ਟ੍ਰਾਂਸਪੋਰਟ ਦੇ ਵਿੱਚ ਸਿਲੈਕਟ ਕਰ ਲੈਣੇ ਆ ਵਹੀਕਲ ਟਾਈਪ ਦੇ ਵਿੱਚ ਤੁਸੀਂ ਸਿਲੈਕਟ ਕਰਨਾ ਹੈ ਕੀ ਹੈ ਤੁਹਾਡਾ ਮੋਟਰਸਾਈਕਲ ਕਮਰਸ਼ੀਅਲੀ ਯੂਜ਼ ਹੋ ਰਿਹਾ ਹੈ ਅਗਰ ਤੁਹਾਡਾ ਮਤਲਬ ਹੈ ਉਹ ਜਿਹੜਾ ਮਤਲਬ ਉਹ ਲਾ ਵਗੈਰਾ ਜਿਹੜੇ ਹੁੰਦੇ ਆ ਅੱਜ ਕੱਲ ਉਹਨਾਂ ਚ ਲੱਗੇ ਹੁੰਦੇ ਉਹ ਕਮਰਸ਼ੀਅਲ ਚ ਹੋ ਗਿਆ ਤੇ ਨੋਰਮਲ ਤੁਸੀਂ ਘਰੇ ਯੂਜ਼ ਕਰਦੇ ਹੋ ਤਾਂ ਉਹ ਤੁਸੀਂ ਸਿਲੈਕਟ ਕਰ ਸਕਦੇ ਹੋ ਜਿਵੇਂ ਅਗਰ ਤੁਹਾਡੇ ਕੋਲ ਐਕਟਿਵ ਆ ਵਗੈਰਾ ਸਕੂਟਰ ਸਿਲੈਕਟ ਕਰ ਸਕਦੇ ਹੋ ਪਰ ਤੁਹਾਡੇ ਕੋਲ ਮੋਟਰਸਾਈਕਲ ਹੈ ਉਹ ਕਰ ਸਕਦੇ ਹੋ ਈ ਰਿਕਸ਼ਾ ਉਹਦੇ ਵਾਸਤੇ ਕਰ ਸਕਦੇ ਹੋ 3 ਵੀਲਰ ਹੈ ਪ੍ਰਾਈਵੇਟ ਹੈ ਜਾਂ ਪੈਸੇਂਜਰ ਕਮਰਸ਼ੀਅਲ ਓਨਲੀ ਇਹ ਸਾਰੀ ਜਿੱਦਾਂ ਤੁਸੀਂ ਸਿਲੈਕਟ ਕਰ ਸਕਦੇ ਹੋ ਇਹ ਸੌਖਾ ਹੀ ਕੰਮ ਹੈ ਕੋਈ ਜ਼ਿਆਦਾ ਬਹੁਤਾ ਔਖਾ ਨਹੀਂ ਆਸਾਨੀ ਤੇ ਇਹਦੇ ਚ ਹੁਣ ਨਵੀਂ অপਸ਼ਨ ਪੁੱਛ ਰਿਹਾ ਕਿ ਸਮਾਰਟ ਕਾਰਡ ਹੈ ਕਿ ਨਾਨ ਸਮਾਰਟ ਕਾਰਡ ਹੈ ਤਾਂ ਮੈਂ ਮੇਰੇ ਕੋ ਜਿਹੜੀ ਆਰਸੀ ਆ ਉਹ ਜਿਹੜੀ ਹੈਗੀ ਨਾਨ ਸਮਾਰਟ ਕਾਰਡ ਹੈ ਤੇ ਉਹਨੂੰ ਮੈਂ ਕਲਿੱਕ ਕਰੂੰਗਾ ਠੀਕ ਹੈ ਜੀ ਕਾਈਂਡਲੀ ਰਿਸਪੈਕਟਿਵ ਆਰਟੀਏ ਟੂ ਟ੍ਰੇਸ਼ਨ ਸਰਟੀਫਿਕੇਟ ਠੀਕ ਹੈ ਜੀ ਇੱਥੇ ਨਾਨ ਨਾਨ ਸਮਾਰਟ ਕਾਰਡ ਤੇ ਕਲਿੱਕ ਕੀਤਾ ਜੀ ਹੁਣ ਮੈਂ ਇੱਥੇ ਕੀ ਕੀਤਾ ਕਿ ਨਾਨ ਸਮਾਰਟ ਕਾਰਡ ਜਿਹੜਾ ਹੈਗਾ ਮੈਂ ਸਿਲੈਕਟ ਕਰਤਾ ਹ ਉਸ ਤੋਂ ਬਾਅਦ ਮੈਂ ਇਹ ਸਿਲੈਕਟ ਕੀਤਾ ਹੋਇਆ ਕਿ 118 ਰੁਪਏ ਮਤਲਬ ਮੈਂ ਪੇ ਕਰ ਦੂੰਗਾ ਮੇਰੇ ਘਰੇ ਆ ਕੇ ਲਾਦ ਇਨਫੀਟਮੈਂਟ ਮਤਲਬ ਮੈਨੂੰ ਜਦਾ ਦੂਦਰ ਨਹੀਂ ਜਾਣਾ ਤਾਂ ਉਹਦੇ ਵਾਸਤੇ ਮੈਂ ਆਪਣਾ ਐਡਰੈਸ ਭਰ ਦਾਂਗਾ ਤੁਸੀਂ ਹੁਣ ਦੇਖ ਸਕਦੇ ਹੋ ਕਿ ਇੱਥੇ ਡਿਟੇਲ ਵਗੈਰਾ ਆ ਗਈ ਹੈ ਮਤਲਬ ਕਿ 291 ਰੁਪਏ ਇਹਨਾਂ ਦੀ ਫੀਸ ਹੈ ਤੇ ਇਹ ਮੈਂ ਕੋਈ ਵੀ ਸਿਲੈਕਟ ਕਰ ਸਕਦਾ ਹਾਂ ਇਹ 1 ਫਰਵਰੀ ਮੈਂ ਸਿਲੈਕਟ ਕਰ ਲੈਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਪੇ ਕਰ ਦੇਣਾ ਤੁਹਾਨੂੰ OTP ਆਊਗਾ ਜੀ ਆਪਣਾ OTP ਜਿਹੜਾ ਹੈਗਾ ਤੁਹਾਡੇ ਫੋਨ ਤੇ ਇਹ ਆਪਾਂ ਸਬਮਿਟ ਕਰ ਦੇਣਾ ਹੈ ਇਹ ਦੇਖੋ ਜੀ ਹੁਣ ਆ ਜਿਹੜੀ ਹੈਗੀ ਐ ਇਹ ਸਲਿੱਪ ਕੱਟੀ ਗਈ ਹੈ थैंक यू फॉर ਅਪਲਾਈਂਗ ਐਚ ਆਰ ਐਸ ਐਚ ਐਸ ਆਰ ਪੀ ਮਤਲਬ ਕਿ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਔਰ ਇਦੇ ਕੁਛਣਾ ਮਤਲਬ ਕਿ ਆਪਾਂ ਨੂੰ ਪੂਰਾ ਫੁੱਲ ਫਾਰਮ ਨਹੀਂ ਪਤਾ ਇਹ ਲਿਖੀ ਹੋਈ ਹੈ ਵੈਸੇ ਤੇ ਇਹ ਹੋ ਚੁੱਕਿਆ ਇਹਨੂੰ ਤੁਸੀਂ ਪ੍ਰਿੰਟ ਕਰ ਸਕਦੇ ਹੋ ਠੀਕ ਹੈ ਜੀ ਆਹ ਡਿਟੇਲ ਆ ਸਾਰੀ ਠੀਕ ਹੈ ਜੀ ਪ੍ਰਿੰਟਰ ਨੂੰ ਤੁਸੀਂ ਪ੍ਰਿੰਟ ਕਰ ਸਕਦੇ ਹੋ ਤੇ ਜੇ ਪ੍ਰਿੰਟਰ ਨਹੀਂ ਹੈ ਤਾਂ ਤੁਸੀਂ ਇਹਨੂੰ ਕਲਿੱਕ ਕਰਕੇ ਇੱਥੇ ਮੇਲ ਵਗੈਰਾ ਕਰ ਲਓ ਜੋ ਕਦ ਤੁਸੀਂ ਕਰਨਾ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਟੂ ਵਾਚ ਮਾਈ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਲਾਈਕ ਕਰਨਾ ਇਹਨੂੰ ਸ਼ੇਅਰ ਕਰਨਾ ਫਰੈਂਡਸ ਦੇ ਨਾਲ ਜਿਨ੍ਹਾਂ ਨੇ ਨਹੀਂ ਹਜੇ ਅਪਲਾਈ ਕੀਤੀਆਂ ਤਾਂ ਤੁਸੀਂ ਇਹਨਾਂ ਆਸਾਨੀ ਨਾਲ ਆਪਣਾ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ ਜੀ